ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ, ਹਾਲੇ ਇਸ ਦੀ ਉਮਰ 20 ਸਾਲ ਦੀ ਸੀ। ਕੈਨੇਡਾ ਦੇ ਵਿਨੀਪੈਗ ਦੇ ਵਿੱਚ ਰਹਿ ਰਿਹਾ ਸੀ। ਮਾਪਿਆਂ ਨੇ ਬੜੇ ਔਖੇ ਹੋ ਕੇ ਸਟੱਡੀ ਵੀਜ਼ੇ 'ਤੇ ਇਸ ਨੂੰ ਵਿਦੇਸ਼ ਭੇਜਿਆ ਸੀ। ਤੁਹਾਨੂੰ ਦੱਸ ਦਈਏ ਕਿ ਬਾਸਕਟਬਾਲ ਦਾ ਇਹ ਇੱਕ ਚੰਗਾ ਖਿਡਾਰੀ ਵੀ ਸੀ। ਨੈਸ਼ਨਲ ਪੱਧਰ 'ਤੇ ਇਸਨੇ ਕਈ ਮੈਡਲ ਜਿੱਤੇ ਸੀ। 1 ਸਾਲ 4 ਮਹੀਨੇ ਪਹਿਲਾਂ ਮਾਪਿਆਂ ਨੇ ਇਸ ਨੂੰ ਵਿਦੇਸ਼ ਭੇਜਿਆ ਸੀ। ਪਿਤਾ ਨੇ ਦੱਸਿਆ ਕਿ 24 ਦਸੰਬਰ ਨੂੰ ਉਹਨਾਂ ਦੇ ਲੜਕੇ ਦਾ ਫੋਨ ਆਇਆ ਕਿ ਉਸਦੀ ਪਿੱਠ ਵਿੱਚ ਹਲਕਾ ਦਰਦ ਹੈ, ਪਰ ਪਤਾ ਨਹੀਂ 26 ਦਸੰਬਰ ਨੂੰ ਉਹ ਇੱਕਦਮ ਸੀਰੀਅਸ ਹੋ ਗਿਆ ਅਤੇ ਕੱਲ੍ਹ ਉਸਦੀ ਮੌਤ ਦੀ ਖਬਰ ਆ ਗਈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਵਾਰ ਆਪਣੇ ਲਾਡਲੇ ਪੁੱਤ ਦਾ ਮੂੰਹ ਵੇਖ ਸਕਣ ਅਤੇ ਆਪਣੇ ਹੱਥੀਂ ਅੰਤਿਮ ਰਸਮਾਂ ਨਿਭਾ ਸਕਣ। ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇੰਨਾ ਮਾੜਾ ਹੋਇਆ ਮੈਂ ਦੱਸ ਹੀ ਨਹੀਂ ਸਕਦਾ। ਬੱਚੇ ਨੂੰ ਚਾਵਾਂ ਦੇ ਨਾਲ ਭੇਜਿਆ ਸੀ, ਚੱਲ 4 ਪੈਸੇ ਕਮਾਊਗਾ, ਜੋ ਉੱਥੇ ਘਟਨਾ ਵਾਪਰੀ ਆ ਉਹਦੇ ਬਾਰੇ ਤਾਂ ਮੇਰੇ ਕੋਲ ਬੋਲਿਆ ਨਹੀਂ ਜਾ ਸਕਦਾ। ਪਰਮਾਤਮਾ ਇਹੋ ਜਿਹਾ ਦੁੱਖ ਗਰੀਬ ਦੁਸ਼ਮਣ ਨੂੰ ਵੀ ਨਾ ਦੇਵੇ। ਇੱਕ ਸਾਲ ਤੇ 4 ਮਹੀਨੇ ਬੇਟੇ ਨੂੰ ਗਏ ਨੂੰ ਹੋ ਗਏ ਸੀ। ਕਿੰਨੀ ਉਮਰ ਬੇਟੇ ਦੀ? ਨਾਂ ਕਰਨਵੀਰ ਸਿੰਘ ਦੀ ਤੇ ਉਮਰ ਹੁੰਦੀ 20 ਸਾਲ 4 ਮਹੀਨੇ। ਸਾਨੂੰ ਪਤਾ ਲੱਗਾ ਬੇਟਾ ਬਾਸਕਟਬਾਲ ਦਾ ਬਹੁਤ ਵਧੀਆ ਪਲੇਅਰ। ਹਾਂ, ਬਾਸਕਟਬਾਲ ਦਾ ਅੱਛਾ ਪਲੇਅਰ ਸੀ। ਡੀਏਵੀ ਸਕੂਲ 'ਚ ਹੀ ਪੜ੍ਹਿਆ, ਨੈਸ਼ਨਲ ਲੈਵਲ ਦਾ ਪਲੇਅਰ ਵੀ ਸੀ ਬਾਸਕਟਬਾਲ। ਕੈਨੇਡਾ ਦੇ ਕਿਹੜੇ ਸ਼ਹਿਰ ਵਿੱਚ ਸੀ? ਇਹ ਵਿਨੀਪੈਗ ਹੈ ਕੈਨੇਡਾ ਦੇ ਵਿੱਚ। ਤੇ ਜਿਹੜੀ ਉਹਨਾਂ ਦੀ ਅਚਨਚੇਤ ਮ੍ਰਿਤਕ ਕਿਸ ਕਾਰਨ? ਉਹਦਾ ਅਸਲ ਕਾਰਨ ਪਤਾ ਹੀ ਨਹੀਂ ਲੱਗ ਸਕਿਆ ਕਿ ਬੱਚਿਆਂ ਨੇ ਮੈਨੂੰ 3 ਦਿਨ ਪਹਿਲਾਂ ਕਿਹਾ ਕਿ ਮੇਰੀ ਬੈਕ ਬੋਨ ਦੇ ਵਿੱਚ ਥੋੜ੍ਹੀ ਜਿਹੀ ਦਰਦ ਹੁੰਦੀ ਆ, ਅਤੇ ਉਹ ਮੈਂ ਕਿਹਾ ਬੇਟੇ ਤੂੰ ਡਾਕਟਰ ਦੇ ਕੋਲ ਜਾ ਵੜਾ। ਉਹਨੇ ਪੈਨ ਕਿਲਰ ਮੈਡੀਸਨ ਲਈ ਉੱਥੋਂ, ਅਤੇ 25 ਤੱਕ ਬਿਲਕੁਲ ਠੀਕ ਸੀ, ਅਤੇ 26 ਨੂੰ ਸੀਰੀਅਸ ਹੋ ਗਿਆ। ਫਿਰ ਮੇਰੇ ਰਿਲੇਟਿਵ ਸੀ ਉਹ ਉਹਨੂੰ ਹੋਸਪਿਟਲ ਲੈ ਗਏ ਜਿੱਥੇ ਜਾ ਕੇ ਬੱਚੇ ਨੇ ਦਮ ਤੋੜ ਦਿੱਤਾ। ਭਾਰਤ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਭਾਰਤ ਸਰਕਾਰ ਨੂੰ ਇਹੀ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ, ਤੁਹਾਡੀ ਮਦਦ ਕਰੋ ਬੱਚੇ ਨੂੰ ਇੱਥੇ ਲਿਆਉਣ ਦੇ ਵਿੱਚ, ਤਾਂ ਜੋ ਅਸੀਂ ਬੱਚੇ ਦਾ ਆਖਰੀ ਵਾਰ ਦਾ ਮੂੰਹ ਦੇਖ ਸਕੀਏ। ਇੱਕ ਦੁੱਖ ਦੀ ਜਿਹੜੀ ਹੁੰਦੀ ਹੈ ਇੰਤਹਾਈ ਹੋ ਜਾਂਦੀ ਹੈ ਇੱਕ ਪਰਿਵਾਰ ਦੇ ਉੱਤੇ, ਜੇ ਇਤਿਹਾਸਾਂ ਉਮੀਦਾਂ ਲਾ ਕੇ ਇਹ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਆਪਦਾ ਭਵਿੱਖ ਨੂੰ, ਆਪਦਾ ਅਤੇ ਆਪਦੇ ਪਰਿਵਾਰ ਦਾ ਭਵਿੱਖ ਨੂੰ ਸੰਵਾਰਨ ਵਾਸਤੇ ਜਿਹੜਾ ਪਰਿਵਾਰ ਹੈ ਉੱਥੇ ਲੋਨ ਵਗੈਰਾ ਚੱਕ ਕੇ ਆਪਦੇ ਹੋਰ ਅਸੈਟਸ ਸਿੱਕੇ ਲਾ ਕੇ ਉਹਨੂੰ ਉੱਥੇ ਭੇਜਿਆ ਜਾਂਦਾ ਹੈ, ਪਰ ਹੁਣ ਇਹਨੂੰ ਕੋਈ ਹੋਰ ਹੀ ਮਨਜ਼ੂਰ ਹੁੰਦਾ ਹੈ। ਪਤਾ ਨਹੀਂ ਸਾਡੇ ਹੱਥਾਂ ਵਿੱਚ ਬੇਟਾ ਖੇਡਦਾ ਰਿਹਾ, ਬਾਸਕਟਬਾਲ ਖੇਡਦਾ ਰਿਹਾ, ਸਾਡੇ ਵੀ ਮੈਂ ਫਰੀਕੁਐਂਟ ਬਿਲੋਂਗ ਕਰਦਾ, ਬਹੁਤ ਵਧੀਆ ਸੁਭਾਅ ਦਾ ਮਾਲਕ ਹੋਣ ਕਰਕੇ, ਪਰ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਨਿੱਕੀ ਜਿਹੀ ਬਿਮਾਰੀ ਹੈ ਅਤੇ ਐਡੇ ਵੱਡੇ ਦੇਸ਼ ਹੈ, ਮਤਲਬ ਕਿ ਜਿੱਥੇ ਮਤਲਬ ਕਿ ਆਪਾਂ ਐਡਵਾਂਸ ਸਾਰਾ ਕੁਛ ਟੈਕਨੋਲੋਜੀ ਹੈ ਉਹ ਵੀ ਨਹੀਂ ਕਵਰ ਕਰ ਸਕੇ, ਫਿਰ ਕੁਦਰਤ 'ਤੇ ਕੁਛ ਨਹੀਂ ਆਪਾਂ ਕਹਿ ਸਕਦੇ ਇਸ ਗੱਲ ਦਾ। ਇਹ ਸਾਡੇ ਵੱਡੇ ਬਾਈ ਜੀ ਆ, ਸਾਡੇ ਤੋਂ ਸੀਨੀਅਰ ਖੇਡਦੇ ਨੂੰ ਵੇਖ ਵੇਖ ਸਿੱਖੀਆਂ ਅਸੀਂ, ਇਹਨਾਂ ਨੇ ਬੜੀ ਸੇਵਾ ਕੀਤੀ, ਹੁਣ ਵੀ ਸੇਵਾ ਕਰਦੇ ਆ ਖਿਡਾਰੀਆਂ ਦਾ, ਨਾਲ ਆਪਦੇ ਬੱਚਿਆਂ ਨੂੰ ਰੱਖਦੇ, ਇਕੱਲੇ ਨਹੀਂ ਆਪਦੇ ਪਰਿਵਾਰ ਦੇ ਰੱਖਦੇ ਆ। ਇਹਨਾਂ ਨੇ ਪਤਾ ਨਹੀਂ ਆਪਦੇ ਹੱਥੀਂ ਕਿੰਨੇ ਖਿਡਾਰੀ ਸਿੱਖਿਅਤ ਕਰਕੇ ਕਿੰਨਿਆਂ ਨੂੰ ਵਧੀਆ ਵਧੀਆ ਨੌਕਰੀ ਦਿਲਵਾਇਆ, ਵਿਚਾਰਿਆਂ ਦੇ ਭੈਣਾਂ ਵਾਪਰ ਗਿਆ,
ਘਰ ਦੇ ਹਾਲਤ ਸਾਰੇ ਪੰਜਾਬੀ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਣਾ ਪੈਂਦਾ 25-30 ਲੱਖ ਰੁਪਇਆ ਘੱਟੋ ਘੱਟ ਲੱਗਦਾ, ਉਹ ਸਾਰਿਆਂ ਨੂੰ ਲੋਨਸ ਵਗੈਰਾ ਲੈਣੇ ਹੀ ਪੈਂਦੇ ਆ। ਉਹ ਹਾਲਾਤ ਤਾਂ ਸਾਰੇ ਹੀ ਪ੍ਰਣਾਲੀ ਬਹੁਤ ਔਖੀ ਹੈ, ਜਿਵੇਂ ਹੁਣ ਉੱਥੋਂ ਬੋਡੀ ਨੂੰ ਉੱਥੋਂ ਇੱਥੇ ਲੈ ਕੇ ਆਉਣਾ, ਉਹ ਵੀ ਇੱਕ ਬਹੁਤ ਵੱਡਾ, ਉੱਥੋਂ ਦੇ ਜਿਹੜੇ ਸਟੂਡੈਂਟਸ ਹੈ, ਉੱਥੋਂ ਦੇ ਜਿਹੜੇ ਪੰਜਾਬੀ ਹੈ, ਸਾਰੇ ਰਲ ਮਿਲ ਕੇ ਉੱਥੋਂ ਉਪਰਾਲਾ ਕਰਕੇ ਭੇਜਣ ਦਾ ਯਤਨ ਕਰਦੇ ਆ। ਪਰ ਇੱਥੇ ਆ ਕੇ ਹੁਣ ਪਰਿਵਾਰ ਦੇ ਵੀ ਹੈ, ਸਾਡੇ ਭਾਬੀ ਜੀ ਹੈ ਅਤੇ ਇੱਕ ਬੇਟੀ ਹੈ, ਉਹ ਵੀ ਬੜੇ ਸਦਮੇ ਦੇ ਵਿੱਚ ਹੈ। ਸਾਰੇ ਪਰਿਵਾਰ ਨੂੰ ਇੱਕ ਹਲਚਲ ਕਿ ਪਰਿਵਾਰ ਦੇ ਕਿ ਸਾਰੇ ਸਮਾਜ ਜੋ ਇਹਨਾਂ ਨਾਲ ਰਿਲੇਟਡ ਹੈ, ਜੋ ਇਹਨਾਂ ਨਾਲ ਸੰਬੰਧਿਤ ਨਹੀਂ ਵੀ ਹੈ, ਉਹਨਾਂ ਦਾ ਵੀ ਦਿਲ ਕੰਬ ਜਾਂਦਾ ਇਹ ਗੱਲ ਸੁਣ ਕੇ। ਰਾਤ ਨੂੰ ਸਾਨੂੰ ਜਦੋਂ ਪਤਾ ਲੱਗੀ ਤਾਂ ਐਵੇਂ ਕਹੀਏ ਸਾਨੂੰ ਰਾਤ ਦੀ ਐਵੇਂ ਹੱਥਾਂ ਪੈਰਾਂ ਤੋਂ ਜ਼ਮੀਨ ਨਿਕਲਣ ਵਾਲਾ ਗੱਲ ਹੀ ਹੋ ਜਾਣੀ ਸੀ। ਸਰਕਾਰ ਵੱਲੋਂ ਕੀ ਮਦਦ ਕੀਤੀ ਜਾਵੇਗੀ? ਸਰਕਾਰ ਵੱਲੋਂ ਇਹ ਸਪੀਕਰ ਸਾਹਿਬ ਦੇ ਨਾਲ ਬਹਿ ਕੇ ਇਹ ਤਾਂ ਗੱਲ ਕਰਦੇ ਵੀ ਜੋ ਇਹਨਾਂ ਦਾ ਲੋਨਸ ਵਗੈਰਾ ਹੈਗੇ ਆ ਉਹਨਾਂ ਨੂੰ ਰਿਵਰਸ ਕਿਵੇਂ ਨਾ ਕਿਵੇਂ ਕਰਾਇਆ ਜਾਵੇ, ਜਾਂ ਉਹਨਾਂ ਦਾ ਛੁਟਕਾਰਾ ਦਿਆ ਜਾਵੇ, ਤਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਉਹ ਜਿਹੜਾ ਇੱਕ ਹੈਗਾ ਜੀ ਚਲੇ ਜਾਣਾ, ਉਹ ਤਾਂ ਨਾਲ ਨਾਲ ਕਿਤੇ ਹੋਰ ਉਸ ਜਿਹੜਾ ਫਾਈਨੈਂਸ਼ੀਅਲ ਪ੍ਰਭਾਵ ਵੀ ਜਿਹੜਾ ਕਿ ਉਹ ਦੇਣਦਾਰੀਆਂ ਉਹ ਨਾ ਬਣੇ। ਉਹ ਅਸੀਂ ਸਾਰਾ ਰਲ ਮਿਲ ਕੇ ਸਾਰੇ ਸੱਜਣ ਮਿੱਤਰ ਵੀ ਇਸ ਗੱਲ ਦੀਆਂ ਪੋਸਟਾਂ ਵੀ ਸਾਰੀਆਂ ਇਸ ਗੱਲ ਦਾ ਸ਼ੇਅਰ ਕਰ ਰਹੇ ਹਾਂ, ਕਿਉਂਕਿ ਆਪਣਾ ਫਰਜ਼ ਬਣਦਾ ਹੈ, ਕਿਉਂਕਿ ਸਮਾਜਿਕ ਹੋਣ ਦੇ ਨਾਤੇ ਸਾਡੇ ਭਰਾਵਾਂ ਦੇ ਅਤੇ ਕਿਤੇ ਭੀੜ ਪੈਂਦੀ, ਸਾਰਿਆਂ ਨਾਲ ਰਲ ਕੇ ਸਾਥ ਦੇਣਾ ਚਾਹੀਦਾ। ਇੱਕ ਬੜੀ ਦੁੱਖਦਾਈ ਖਬਰ ਹੈ ਕਿ ਕਾਕਾ ਕਰਨਵੀਰ ਸਿੰਘ, ਮੇਰੇ ਤਾਂ ਬੱਚਿਆਂ ਵਰਗਾ ਸੀ, ਉਹ ਐਕਸਪਾਇਰ ਹੋ ਗਿਆ ਕੈਨੇਡਾ ਵਿਨੀਪੈਗ ਦੇ ਵਿੱਚ, ਔਰ ਬੜਾ ਪ੍ਰੋਮਿਸਿੰਗ ਨੌਜਵਾਨ ਸੀ। ਅਸੀਂ ਮਤਲਬ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ। ਉਹਦੀ ਡੈਡ ਬੋਡੀ ਇੱਥੇ ਲਿਆਉਣ ਵਾਸਤੇ ਕਵਾਇਦ ਸ਼ੁਰੂ ਕਰਤੀ ਹੈ। ਜਿੱਥੇ ਵੀ ਕਿਤੇ ਭਾਵੇਂ ਵਿਦੇਸ਼ ਮੰਤਰਾਲੇ 'ਚ ਜਾਂ ਅੰਬੈਸੀ 'ਚ ਕਿਤੇ ਵੀ ਕਿਤੇ ਗੱਲਬਾਤ ਕਰਨੀ ਪਏਗੀ, ਕੋਈ ਕੋਰਸਪੋਂਡੈਂਸ ਕਰਨੀ ਪਏਗੀ, ਮੈਂ ਇਹ ਕਰਵਾਵਾਂਗਾ ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਵਾਂਗੇ। ਦੇਖੋ ਮੈਂ ਜਿੰਨਾ ਕੁ ਉੱਥੇ ਵੇਖਿਆ ਕੈਨੇਡਾ 'ਚ, ਉੱਥੇ ਸੈਚੂਰੇਸ਼ਨ ਆ ਗਈ ਆ। ਸੋ ਜ਼ਮੀਨਾਂ ਵੇਚ ਕੇ ਆਪਦੇ ਪੁੱਤ ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ, ਉਹਨਾਂ ਨੂੰ ਉੱਥੇ ਹੁਣ ਭੇਜਣ ਤੋਂ ਮੇਰਾ ਖਿਆਲ ਆਪਾਂ ਨੂੰ ਹੋਰ ਸੋਚਣਾ ਚਾਹੀਦਾ, ਬਹੁਤ ਜ਼ਿਆਦਾ ਸੋਚ ਵਿਚਾਰ ਕਰਕੇ। ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਇੱਥੇ ਹੀ ਮੌਕੇ ਪੈਦਾ ਕਰਨ ਵਾਸਤੇ ਲੱਗੇ ਹੋਏ ਆ, ਕੰਮ ਦੇ, ਬਿਜ਼ਨਸ ਦੇ, ਔਰ ਪੰਜਾਬ ਵਰਗੀ ਧਰਤੀ ਦੁਨੀਆ 'ਚ ਕਿਤੇ ਨਹੀਂ ਹੈ। ਜਿਹੜੀਆਂ ਕਮੀਆਂ ਆਪਾਂ ਹੌਲੀ ਹੌਲੀ ਦੂਰ ਕਰ ਲਾਂਗੇ। ਸੋ ਆਪਾਂ ਨੂੰ ਸੋਚ ਕੇ ਹੀ ਭੇਜਣਾ ਚਾਹੀਦਾ।